ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਇੱਕ ਸਨਕੀ ਲੜਕੇ ਨੇ ਉਸਦਾ ਕੀ ਹਸ਼ਰ ਕੀਤਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹੁਸ਼ਿਆਰਪੁਰ 'ਚ ਇੱਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ਤੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ ਪਰ ਪੁਲਿਸ ਨੇ ਬੀਤੇ ਦਿਨੀ ਦੋਸ਼ੀ ਨੌਜਵਾਨ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ। ਮ੍ਰਿਤਕਾ ਦੀ ਪਛਾਣ ਗੁਰਲੀਨ ਕੌਰ ਵਜੋਂ ਹੋਈ ਹੈ। ਜੀਆ ਗੜਦੀ ਵਾਲਾ ਵਾਸੀ ਮਨਦੀਪ ਕੌਰ ਨੇ ਪੁਲਿਸ ਨੂੰ ਆਪਣੀ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਲੜਕੀ ਗੁਰਲੀਨ ਕੌਰ ਗੜਦੀ ਵਾਲਾ ਵਿਖੇ ਕੰਪਿਊਟਰ ਸਿੱਖਣ ਦੇ ਲਈ ਜਾਂਦੀ ਸੀ। ਉਹ ਪਿੰਡ ਦੇ ਨੇੜੇ ਮਾਂਗਟ ਟੋਲ ਪਲਾਜ਼ਾ ਤੇ ਉਸ ਨੂੰ ਛੱਡਣ ਅਤੇ ਲੈਣ ਦੇ ਲਈ ਆਉਂਦੀ ਜਾਂਦੀ ਸੀ। ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨੀ ਵੀ ਗੁਰਲੀਨ ਸੈਂਟਰ ਮਾਂਗਟ ਟੋਲ ਤੇ ਬੱਸ ਤੋਂ ਉਤਰੀ। ਮਨਦੀਪ ਕੌਰ ਨੇ ਦੱਸਿਆ ਕਿ ਉਦੋਂ ਪਲਵਿੰਦਰ ਸਿੰਘ ਨਾਮਕ ਸ਼ਖਸ ਜੋ ਉਸਦਾ ਪਿੱਛਾ ਕਰ ਰਿਹਾ ਸੀ ਉਸ ਕੋਲ ਆ ਕੇ ਰੁਕ ਗਿਆ। ਉਸਨੇ ਆਪਣੇ ਹੱਥ ਵਿੱਚ 23,000 ਹਥਿਆਰ ਫੜਿਆ ਹੋਇਆ ਸੀ। ਉਸਨੇ ਗੁਰਲੀਨ ਨੂੰ ਗਲੇ ਤੋਂ ਫੜ ਕੇ ਸੜਕ ਦੇ ਕੋਲ ਝਾੜੀਆਂ ਵਿੱਚ ਸੁੱਟ ਦਿੱਤਾ। ਇਹ ਦੇਖ ਕੇ ਮਾਂ ਨੇ ਰੌਲਾ ਪਾ ਦਿੱਤਾ। ਪਲਵਿੰਦਰ ਸਿੰਘ ਨੇ ਗੁਰਲੀਨ ਦੀ ਗਰਦਨ, ਢਿੱਡ ਅਤੇ ਛਾਤੀ ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਗੁਰਲੀਨ ਨੇ ਰੌਲਾ ਪਾਇਆ, ਜੀ ਹਾਂ, ਉਹ ਤੜਫੀ, ਲੋਕ ਇਕੱਠੇ ਹੋਏ। ਇਸ ਤੋਂ ਬਾਅਦ ਪਲਵਿੰਦਰ ਹਥਿਆਰ ਛੱਡ ਕੇ ਉੱਥੋਂ ਭੱਜ ਗਿਆ। ਤੁਹਾਨੂੰ ਦੱਸ ਦਈਏ ਕਿ ਮਨਦੀਪ ਕੌਰ ਉਸਨੇ ਆਪਣੀ ਧੀ ਨੂੰ ਸੰਭਾਲਿਆ ਪਰ ਉਹ ਮਰ ਚੁੱਕੀ ਸੀ। ਗੁਰਲੀਨ ਦਾ ਕਤਲ ਕਰਨ ਤੋਂ ਬਾਅਦ ਪਲਵਿੰਦਰ ਨੇ ਆਪਣੇ ਪੇਟ 'ਚ ਵੀ ਦੱਸਿਆ ਜਾ ਰਿਹਾ ਕਿ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕਰਕੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਇਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਪੇਟ 'ਤੇ ਜ਼ਖਮ ਹੈ, ਜਲਦ ਹੀ ਓਪਰੇਸ਼ਨ ਕੀਤਾ ਜਾਵੇਗਾ। ਪਲਵਿੰਦਰ ਫਰਾਰ ਨਾ ਹੋ ਜਾਵੇ ਇਸ ਲਈ ਹਸਪਤਾਲ ਦੇ ਵਿੱਚ 2 ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ। ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਅਤੇ ਜਿਹੜਾ ਆਪਣਾ ਦਿਹਾੜੀ ਟੱਪਾ ਕਰਕੇ ਘਰ ਗੁਜ਼ਾਰਾ ਕਰਦਾ ਅਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆਂ ਰੋਡ ਦੇ ਉੱਪਰੋਂ ਤੁਸੀਂ ਦੇਖ ਸਕਦੇ ਕਿੱਦਾਂ ਲਿਆ ਕੇ ਬੇਰਹਿਮੀ ਨੇ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ। ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਅਤੇ ਜਿਹੜਾ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣ। ਜਿਹੜਾ ਬੰਦਾ ਇਹੋ ਜਿਹਾ ਘਿਣਾਉਣਾ ਕੰਮ ਕਰੇ ਉਹਦੀ ਰੂਹ ਕੰਬੇ, ਜਿਹੜੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਨਸੀਹਤ ਮਿਲੇ ਵੀ ਇੱਕ ਲੜਕੀ, ਨੌਜਵਾਨ ਲੜਕੀ ਜਿਵੇਂ ਬੇਰਹਿਮੀ ਦੇ ਨਾਲ ਮਾਰੀ, ਸਖ਼ਤ ਸਜ਼ਾਵਾਂ ਦੋਸ਼ੀਆਂ ਨੂੰ ਮਿਲਣੀਆਂ। ਸਾਨੂੰ ਥਾਣਾ ਇਤਲਾਹ ਮਿਲੀ ਸੀਗੀ ਕਿ ਪਿੰਡ ਮਾਨਗੜ੍ਹ ਦੀ ਲੜਕੀ ਗੁਰਲੀਨ ਕੌਰ, ਡਾਟਰ ਆਫ ਮਨਜੀਤ ਸਿੰਘ, ਜਿਹਦੀ ਉਮਰ ਕਰੀਬ 18 ਸਾਲ, ਇਹ ਪਲੱਸ 2 ਕਰਨ ਤੋਂ ਬਾਅਦ ਕੋਕਲਾ ਮਾਰਕੀਟ ਵਿੱਚ ਕੰਪਿਊਟਰ ਦਾ ਕੋਰਸ ਕਰਦੀ ਸੀਗੀ। ਘਰੋਂ ਇਹ ਕੋਈ 1:30 ਵਜੇ ਦੇ ਕਰੀਬ ਗਈ ਸੀਗੀ। 4:30 ਦੇ ਕਰੀਬ ਇਹਦੇ ਪਰਿਵਾਰ ਵਾਲਿਆਂ ਨੇ ਬਾਘਾ ਪਾਲਸ ਦੇ ਲਾਗੇ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਆ ਅਤੇ ਡੈੱਡ ਬੋਡੀ ਪੁਲਿਸ ਨੇ ਜਿਹੜੀ ਕਬਜ਼ੇ 'ਚ ਲੈ ਲਈ ਹੈ ਅਤੇ ਮੋਹਤਰ ਬੰਦਿਆਂ ਦੇ ਜਿਹੜਾ ਇਹਨਾਂ ਦੇ ਜਿਹੜੇ ਪਰਿਵਾਰ ਦਾ ਬਿਆਨ ਹਾਸਲ ਕਰਕੇ ਜਿਹੜੀ ਕਾਰਵਾਈ ਕੀਤੀ ਜਾਊਗੀ। ਜਿਸ ਵਿਅਕਤੀ ਨੇ ਇਹਦਾ ਕਤਲ ਕੀਤਾ ਵਾ ਉਹਨੂੰ ਵੀ ਕਾਬੂ ਕਰ ਲਿਆ ਸੀ। ਕਾਬੂ ਕਰ ਲਿਆ ਗਿਆ? ਉਹਦਾ ਕਤਲ ਕਰਨ ਦਾ ਰੀਜ਼ਨ ਕੀ ਹੈ? ਉਹ ਸਰ ਕੁਛ ਵੀ ਪਤਾ ਨਹੀਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।